ਅੱਜ ਦਾ ਕੋਰਟ ਦਾ ਫੈਸਲਾ ਬੜਾ ਨਿਰਾਸ਼ਾਜਨਕ ਹੈ। ਅਸੀਂ ਤਾਂ ਪਹਿਲਾਂ ਹੀ ਕਹਿੰਦੇ ਆਏ ਹਾਂ ਕਿ ਇਹਨਾਂ ਸਰਕਾਰਾਂ ਦੇ ਵਿੱਚ ਸਿਰਫ ਚਿਹਰੇ ਬਦਲੇ ਆ, ਕੁਰਸੀਆਂ ਉਹੀ ਨੇ ਜਿਹੜੀਆਂ ਪੰਜਾਬ ਨਾਲ ਕਦੇ ਇਨਸਾਫ ਨਹੀਂ ਕਰਦੀਆਂ। ਸੋ ਉਸੇ ਤਰ੍ਹਾਂ ਹੀ ਅੱਜ ਹੋਇਆ ਫਰੀਦਕੋਟ ਦਾ ਕੇਸ, ਬਹਿਬਲ ਕਲਾਂ ਦਾ ਕੇਸ ਹੈ ਗੋਲੀਕਾਂਡ ਦਾ, ਚਾਹੇ ਬੇਅਦਬੀਆਂ ਦੀ ਗੱਲ ਕਰ ਲਈਏ ਚਾਹੇ ਗੋਲੀਕਾਂਡ ਦੀ ਗੱਲ ਕਰ ਲਈਏ, ਜਿਹੜੇ ਏਰੀਏ ਦੇ ਵਿੱਚ ਹੋਇਆ ਉਸ ਅਦਾਲਤ ਦੇ ਵਿੱਚ ਦੋਸ਼ੀਆਂ ਨੂੰ ਕਹਿੰਦੇ ਖਤਰਾ ਤੇ ਦੋਸ਼ੀ ਦੀ ਐਪਲੀਕੇਸ਼ਨ ਦੇ ਉੱਤੇ ਕੇਸ ਪਹਿਲਾਂ ਤਾਂ ਬੇਅਦਬੀ ਦਾ ਚੰਡੀਗੜ੍ਹ ਦੇ ਵਿੱਚ ਭੇਜਿਆ ਗਿਆ, ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਟ੍ਰਾਂਸਫਰ ਕੀਤਾ ਗਿਆ। ਉਹਦੇ ਵਿੱਚ ਦੋ ਦਿਨ ਪਹਿਲਾਂ ਇੱਕ ਕੇਸ ਦੇ ਵਿੱਚ ਜਿੱਥੇ ਮੁੱਖ ਦੋਸ਼ੀ ਰੱਖਣਾ ਚਾਹੀਦਾ ਸੀ ਉਹ ਕਤਲ ਨੂੰ, ਉਹ ਰਾਮ ਰਹੀਮ ਨੂੰ ਬਲਾਤਕਾਰੀ ਨੂੰ, ਉੱਥੇ ਉਹਨੂੰ ਬਰੀ ਕੀਤਾ ਜਾਂਦਾ। ਤੇ ਅੱਜ ਜਿਹੜਾ ਹੁਣੇ ਫੈਸਲਾ ਆਇਆ, ਹਜੇ ਆਰਡਰ ਪੂਰਾ ਨਹੀਂ ਆਇਆ, ਪਰ ਉਹਦੇ ਚ ਅਲਾਓ ਕੀਤਾ ਗਿਆ ਫਰੀਦਕੋਟ ਦੀ ਅਦਾਲਤ ਦੇ ਵਿੱਚੋਂ ਕਿ ਇਹ ਕੇਸ ਆ ਜਿਹੜਾ ਬਹਿਬਲ ਕਲਾਂ ਗੋਲੀਕਾਂਡ ਦਾ, ਜਿੱਥੇ ਦੋ ਬੰਦਿਆਂ ਦੀ ਮੌਤ ਹੋਈ ਆ, ਜਿਹਦੇ ਵਿੱਚ ਮੇਰੇ ਪਿਤਾ ਜੀ ਜਿਨ੍ਹਾਂ ਦੀ ਮੌਤ ਹੋਈ ਆ, ਉਹ ਕੇਸ ਫਰੀਦਕੋਟ ਤੋਂ ਬਦਲ ਕੇ ਚੰਡੀਗੜ੍ਹ ਕਰ ਦਿੱਤਾ ਗਿਆ। ਸੋ ਕਿੱਡੀ ਸ਼ਰਮਨਾਕ ਗੱਲ ਆ ਉਹਨਾਂ ਸਰਕਾਰਾਂ ਵਾਸਤੇ, ਉਹਨਾਂ ਸਰਕਾਰ ਦੇ ਨੁਮਾਇੰਦਿਆਂ ਵਾਸਤੇ ਤੇ ਉਸ ਸਿਸਟਮ ਵਾਸਤੇ, ਉਹਨਾਂ ਅਦਾਲਤਾਂ ਵਾਸਤੇ, ਕਿ ਤੁਸੀਂ ਇੱਕ ਦੋਸ਼ੀ ਦੀ ਐਪਲੀਕੇਸ਼ਨ ਤੇ ਸਜ਼ਾ ਦੇਣ ਦੀ ਬਜਾਏ ਤੁਸੀਂ ਉਹਨਾਂ ਨੂੰ ਟ੍ਰਾਂਸਫਰ ਕਰਕੇ ਚੰਡੀਗੜ੍ਹ ਭੇਜ ਰਹੇ ਹੋ। ਕੀ ਤੁਸੀਂ ਸਿੱਧਾ ਸਿੱਧਾ ਹੀ ਕਹਿ ਰਹੇ ਹੋ ਕਿ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਊਗੀ, ਇਹ ਥੋੜੇ ਸਮੇਂ ਦੇ ਵਿੱਚ ਇਹ ਵੀ ਬਰੀ ਹੋ ਜਾਣਗੇ? ਤੇ ਮੈਂ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ, ਇੱਥੋਂ ਦੇ ਸਿਸਟਮ ਨੂੰ ਇਹੀ ਕਹਿਣਾ ਚਾਹੁੰਦਾ ਕਿ ਤੁਹਾਡੇ ਪੱਲੇ ਕੱਖ ਨਹੀਂ, ਤੁਹਾਡੇ ਕੱਖ ਨਹੀਂ ਹੋਣਾ। ਤੁਸੀਂ ਹਮੇਸ਼ਾ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਦੀ ਕੋਝੀ ਰਾਜਨੀਤੀ ਕੀਤੀ ਹੈ ਤੇ ਅੱਜ ਵੀ ਉਹੀ ਹੋ ਰਿਹਾ। ਪੰਜਾਬ ਦੇ ਵਿੱਚੋਂ ਕੇਸ ਟ੍ਰਾਂਸਫਰ ਬਾਹਰ ਹੋਣਾ ਬਹੁਤ ਮੰਦਭਾਗਾ ਤੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਤੋਂ ਬਚਾ ਰਿਹਾ। ਸੋ ਇਹ ਸਿੱਧਾ ਸਿੱਧਾ ਸਿੱਧ ਕਰਦੀ ਹੈ ਪੰਜਾਬ ਸਰਕਾਰ ਉਹਨਾਂ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੀ, ਚਾਹੇ ਬੇਅਦਬੀ ਹੋਵੇ ਚਾਹੇ ਗੋਲੀਕਾਂਡ ਹੋਵੇ। ਸੋ ਅਸੀਂ ਇਸ ਫੈਸਲੇ ਨੂੰ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਾ ਵੀ ਕਰਦੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਵੀ ਪ੍ਰਕਿਰਿਆ ਹੋਣਗੀਆਂ, ਸਾਨੂੰ ਚਾਹੇ ਪ੍ਰੋਟੈਸਟ ਕਰਨੇ ਪੈਣ, ਸਾਨੂੰ ਚਾਹੇ ਇਹਦੇ ਤੇ ਕੋਈ ਵੀ ਕਦਮ ਲੀਕਣੇ ਪੈਣ, ਅਸੀਂ ਉਹ ਸਾਰੇ ਜਿਹੜੇ ਕਦਮ ਲੀਕਾਂਗੇ। ਤੇ ਇੱਥੋਂ ਦੀਆਂ ਜਿਹੜੀਆਂ ਦੁਨਿਆਵੀ ਅਦਾਲਤਾਂ, ਜਿਵੇਂ ਜਿੱਥੇ ਜਿੱਥੇ ਇਹਦੇ ਚ ਅਸੀਂ ਚੈਲੰਜ ਕਰ ਸਕਦੇ, ਉਹ ਵੀ ਅਸੀਂ ਅੱਗੇ ਗੱਲ ਆ ਜਿਹੜੀ ਆਪਣੇ ਵਕੀਲਾਂ ਦੇ ਪੈਨਲ ਦੇ ਨਾਲ ਗੱਲ ਕਰਕੇ ਉਹ ਵੀ ਅਸੀਂ ਚੈਲੰਜ ਕਰਾਂਗੇ। ਸੋ ਮੈਂ ਫਿਰ ਇਹੀ ਕਹਾਂਗਾ ਕਿ ਤੁਸੀਂ ਇੱਥੇ ਸਜ਼ਾ ਦੇਣ ਦੀ ਬਜਾਏ ਲੋਕਾਂ ਦੇ ਜ਼ਖਮਾਂ ਦੇ ਉੱਤੇ ਮੱਲਮ ਲਾਉਣ ਦੀ ਥਾਂ ਤੇ ਨੂਨ ਲਾਉਣ ਦਾ ਕੰਮ ਕਰ ਰਹੇ ਹੋ। ਅੱਜ ਦਾ ਕੋਰਟ ਦਾ ਫੈਸਲਾ ਬੜਾ ਨਿਰਾਸ਼ਾਜਨਕ ਹੈ। ਅਸੀਂ ਤਾਂ ਪਹਿਲਾਂ ਹੀ ਕਹਿੰਦੇ ਆਏ ਹਾਂ ਕਿ ਇਹਨਾਂ ਸਰਕਾਰਾਂ ਦੇ ਵਿੱਚ ਸਿਰਫ ਚਿਹਰੇ ਬਦਲੇ ਆ, ਕੁਰਸੀਆਂ ਉਹੀ ਨੇ ਜਿਹੜੀਆਂ ਪੰਜਾਬ ਨਾਲ ਕਦੇ ਇਨਸਾਫ ਨਹੀਂ ਕਰਦੀਆਂ। ਸੋ ਉਸੇ ਤਰ੍ਹਾਂ ਹੀ ਅੱਜ ਹੋਇਆ ਫਰੀਦਕੋਟ ਦਾ ਕੇਸ, ਬਹਿਬਲ ਕਲਾਂ ਦਾ ਕੇਸ ਹੈ ਗੋਲੀਕਾਂਡ ਦਾ, ਚਾਹੇ ਬੇਅਦਬੀਆਂ ਦੀ ਗੱਲ ਕਰ ਲਈਏ ਚਾਹੇ ਗੋਲੀਕਾਂਡ ਦੀ ਗੱਲ ਕਰ ਲਈਏ, ਜਿਹੜੇ ਏਰੀਏ ਦੇ ਵਿੱਚ ਹੋਇਆ ਉਸ ਅਦਾਲਤ ਦੇ ਵਿੱਚ ਦੋਸ਼ੀਆਂ ਨੂੰ ਕਹਿੰਦੇ ਖਤਰਾ ਤੇ ਦੋਸ਼ੀ ਦੀ ਐਪਲੀਕੇਸ਼ਨ ਦੇ ਉੱਤੇ ਕੇਸ ਪਹਿਲਾਂ ਤਾਂ ਬੇਅਦਬੀ ਦਾ ਚੰਡੀਗੜ੍ਹ ਦੇ ਵਿੱਚ ਭੇਜਿਆ ਗਿਆ, ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਟ੍ਰਾਂਸਫਰ ਕੀਤਾ ਗਿਆ। ਉਹਦੇ ਵਿੱਚ ਦੋ ਦਿਨ ਪਹਿਲਾਂ ਇੱਕ ਕੇਸ ਦੇ ਵਿੱਚ ਜਿੱਥੇ ਮੁੱਖ ਦੋਸ਼ੀ ਰੱਖਣਾ ਚਾਹੀਦਾ ਸੀ ਉਹ ਕਤਲ ਨੂੰ, ਉਹ ਰਾਮ ਰਹੀਮ ਨੂੰ ਬਲਾਤਕਾਰੀ ਨੂੰ, ਉੱਥੇ ਉਹਨੂੰ ਬਰੀ ਕੀਤਾ ਜਾਂਦਾ। ਤੇ ਅੱਜ ਜਿਹੜਾ ਹੁਣੇ ਫੈਸਲਾ ਆਇਆ, ਹਜੇ ਆਰਡਰ ਪੂਰਾ ਨਹੀਂ ਆਇਆ, ਪਰ ਉਹਦੇ ਚ ਅਲਾਓ ਕੀਤਾ ਗਿਆ ਫਰੀਦਕੋਟ ਦੀ ਅਦਾਲਤ ਦੇ ਵਿੱਚੋਂ ਕਿ ਇਹ ਕੇਸ ਆ ਜਿਹੜਾ ਬਹਿਬਲ ਕਲਾਂ ਗੋਲੀਕਾਂਡ ਦਾ, ਜਿੱਥੇ ਦੋ ਬੰਦਿਆਂ ਦੀ ਮੌਤ ਹੋਈ ਆ, ਜਿਹਦੇ ਵਿੱਚ ਮੇਰੇ ਪਿਤਾ ਜੀ ਜਿਨ੍ਹਾਂ ਦੀ ਮੌਤ ਹੋਈ ਆ, ਉਹ ਕੇਸ ਫਰੀਦਕੋਟ ਤੋਂ ਬਦਲ ਕੇ ਚੰਡੀਗੜ੍ਹ ਕਰ ਦਿੱਤਾ ਗਿਆ। ਸੋ ਕਿੱਡੀ ਸ਼ਰਮਨਾਕ ਗੱਲ ਆ ਉਹਨਾਂ ਸਰਕਾਰਾਂ ਵਾਸਤੇ, ਉਹਨਾਂ ਸਰਕਾਰ ਦੇ ਨੁਮਾਇੰਦਿਆਂ ਵਾਸਤੇ ਤੇ ਉਸ ਸਿਸਟਮ ਵਾਸਤੇ, ਉਹਨਾਂ ਅਦਾਲਤਾਂ ਵਾਸਤੇ, ਕਿ ਤੁਸੀਂ ਇੱਕ ਦੋਸ਼ੀ ਦੀ ਐਪਲੀਕੇਸ਼ਨ ਤੇ ਸਜ਼ਾ ਦੇਣ ਦੀ ਬਜਾਏ ਤੁਸੀਂ ਉਹਨਾਂ ਨੂੰ ਟ੍ਰਾਂਸਫਰ ਕਰਕੇ ਚੰਡੀਗੜ੍ਹ ਭੇਜ ਰਹੇ ਹੋ। ਕੀ ਤੁਸੀਂ ਸਿੱਧਾ ਸਿੱਧਾ ਹੀ ਕਹਿ ਰਹੇ ਹੋ ਕਿ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਊਗੀ, ਇਹ ਥੋੜੇ ਸਮੇਂ ਦੇ ਵਿੱਚ ਇਹ ਵੀ ਬਰੀ ਹੋ ਜਾਣਗੇ? ਤੇ ਮੈਂ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ, ਇੱਥੋਂ ਦੇ ਸਿਸਟਮ ਨੂੰ ਇਹੀ ਕਹਿਣਾ ਚਾਹੁੰਦਾ ਕਿ ਤੁਹਾਡੇ ਪੱਲੇ ਕੱਖ ਨਹੀਂ, ਤੁਹਾਡੇ ਕੱਖ ਨਹੀਂ ਹੋਣਾ। ਤੁਸੀਂ ਹਮੇਸ਼ਾ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਦੀ ਕੋਝੀ ਰਾਜਨੀਤੀ ਕੀਤੀ ਹੈ
ਤੇ ਅੱਜ ਵੀ ਉਹੀ ਹੋ ਰਿਹਾ। ਪੰਜਾਬ ਦੇ ਵਿੱਚੋਂ ਕੇਸ ਟ੍ਰਾਂਸਫਰ ਬਾਹਰ ਹੋਣਾ ਬਹੁਤ ਮੰਦਭਾਗਾ ਤੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਤੋਂ ਬਚਾ ਰਿਹਾ। ਸੋ ਇਹ ਸਿੱਧਾ ਸਿੱਧਾ ਸਿੱਧ ਕਰਦੀ ਹੈ ਪੰਜਾਬ ਸਰਕਾਰ ਉਹਨਾਂ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੀ, ਚਾਹੇ ਬੇਅਦਬੀ ਹੋਵੇ ਚਾਹੇ ਗੋਲੀਕਾਂਡ ਹੋਵੇ। ਸੋ ਅਸੀਂ ਇਸ ਫੈਸਲੇ ਨੂੰ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਾ ਵੀ ਕਰਦੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਵੀ ਪ੍ਰਕਿਰਿਆ ਹੋਣਗੀਆਂ, ਸਾਨੂੰ ਚਾਹੇ ਪ੍ਰੋਟੈਸਟ ਕਰਨੇ ਪੈਣ, ਸਾਨੂੰ ਚਾਹੇ ਇਹਦੇ ਤੇ ਕੋਈ ਵੀ ਕਦਮ ਲੀਕਣੇ ਪੈਣ, ਅਸੀਂ ਉਹ ਸਾਰੇ ਜਿਹੜੇ ਕਦਮ ਲੀਕਾਂਗੇ ਤੇ ਇੱਥੋਂ ਦੀਆਂ ਜਿਹੜੀਆਂ ਦੁਨਿਆਵੀ ਅਦਾਲਤਾਂ ਜਿਵੇਂ ਜਿੱਥੇ ਜਿੱਥੇ ਇਹਦੇ ਚ ਅਸੀਂ ਚੈਲੰਜ ਕਰ ਸਕਦੇ ਉਹ ਵੀ ਅਸੀਂ ਅੱਗੇ ਗੱਲ ਆ ਜਿਹੜੀ ਆਪਣੇ ਵਕੀਲਾਂ ਦੇ ਪੈਨਲ ਦੇ ਨਾਲ ਗੱਲ ਕਰਕੇ ਉਹ ਵੀ ਅਸੀਂ ਚੈਲੰਜ ਕਰਾਂਗੇ। ਸੋ ਮੈਂ ਫਿਰ ਇਹੀ ਕਹਾਂਗਾ ਕਿ ਤੁਸੀਂ ਇੱਥੇ ਸਜ਼ਾ ਦੇਣ ਦੀ ਬਜਾਏ ਲੋਕਾਂ ਦੇ ਜ਼ਖਮਾਂ ਦੇ ਉੱਤੇ ਮਲਹਮ ਲਾਉਣ ਦੀ ਥਾਂ ਤੇ ਨੂਨ ਲਾਉਣ ਦਾ ਕੰਮ ਕਰ ਰਹੇ ਹੋ।